ਆਓ ਪਵਨ ਗੁਰੂ ਤੇ ਮਾਤਾ ਧਰਤ ਬਚਾਈਏ, ਦੀਵਾਲੀ ਆਪਾਂ ਪ੍ਰਦੂਸ਼ਣ ਰਹਿਤ ਮਨਾਈਏ। ਸਾਡੇ ਗੁਰੂਆਂ ਪੀਰਾਂ ਨੇ ਪਾਣੀ ਅਤੇ ਹਵਾ ਨੂੰ ਬਹੁਤ ਅਨਮੋਲ ਕਿਹਾ ਹੈ, ਜਿਸ ਨਾਲ ਕਿ ਸਾਡਾ ਜੀਵਨ ਚੱਲਦਾ ਹੈ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਨਾ ਕਿ ਧੂੰਆਂ ਕਰਨ ਦਾ। ਜਦੋਂ ਵੱਡੀ ਮਾਤਰਾ ਦੇ ਵਿੱਚ ਪਟਾਸ਼ ਨਾਲ ਭਰੇ ਪਟਾਕੇ ਚੱਲਦੇ ਹਨ ਤਾਂ ਉਸ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ, ਜੋ ਕਿ ਮਨੁੱਖੀ ਕੰਨਾਂ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ENT ਸਪੈਸ਼ਲਿਸਟ ਡਾਕਟਰ ਸੰਜੇ ਦਾ ਕਹਿਣਾ ਹੈ ਕਿ ਪਟਾਕਿਆਂ ਦੇ ਭਿਆਨਕ ਵਿਸਫੋਟ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀ ਸੁਣਨ ਦੀ ਸਮਰੱਥਾ ਉਹ ਗਵਾਈ ਹੈ ਜਾਂ ਸੁਣਨ ਦੀ ਸਮਰੱਥਾ ਉਹ ਘੱਟ ਕੀਤੀ ਹੈ। ਪਟਾਸ਼ ਨਾਲ ਭਰਿਆ ਜ਼ਹਿਰੀਲਾ ਧੂੰਆਂ ਕਈ ਦਿਨ ਵਾਤਾਵਰਣ ਵਿੱਚ ਰਹਿੰਦਾ, ਜਿਸ ਕਰਕੇ ਕਿ ਅਸਥਮਾ ਦੇ ਰੋਗੀ ਅਤੇ ਦਿਲ ਦੇ ਰੋਗੀਆਂ ਨੂੰ ਕਾਫ਼ੀ ਤਕਲੀਫ ਹੁੰਦੀ ਹੈ ਅਤੇ ਆਮ ਇਨਸਾਨ ਲਈ ਵੀ ਇਹ ਧੂੰਆਂ ਖਤਰਨਾਕ ਸਿੱਧ ਹੋ ਸਕਦਾ। ਕਈ ਪਟਾਕਿਆਂ ਵਿੱਚ ਬਹੁਤ ਸਾਰਾ ਜ਼ਹਿਰੀਲਾ ਮਿਸ਼ਰਣ ਹੁੰਦਾ, ਜਿਵੇਂ ਕਿ ਪਿੱਤਲ ਅਤੇ ਕੈਂਡੀਮੀਅਮ, ਜੋ ਕਿ ਧੂੜ ਦੇ ਰੂਪ ਵਿੱਚ ਹਵਾ ਵਿੱਚ ਮੌਜੂਦ ਹੁੰਦਾ। ਦਮੇ ਦੇ ਹਮਲਿਆਂ ਅਤੇ ਐਲਰਜੀ ਦੇ ਲੱਛਣਾਂ ਨੂੰ ਇਹ ਵਧਾਉਂਦਾ। ਇੱਕ ਹੋਰ ਮਹੱਤਵਪੂਰਨ ਗੱਲ ਕਿ ਤਿਉਹਾਰਾਂ ਦਾ ਸਮਾਂ ਠੰਡੇ ਮੌਸਮ ਨਾਲ ਮੇਲ ਖਾਂਦਾ। ਇਸ ਦਾ ਮਤਲਬ ਇਹ ਹੋਇਆ ਕਿ ਪ੍ਰਦੂਸ਼ਿਤ ਹਵਾ ਜਾਂ ਪ੍ਰਦੂਸ਼ਿਤ ਧੂੰਆਂ ਇਹ ਸਾਹ ਦੀਆਂ ਬਿਮਾਰੀਆਂ ਨੂੰ ਵਧਾਵੇਗਾ। ਇਹਨਾਂ ਭਿਆਨਕ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਕੀ ਕਰਨਾ ਚਾਹੀਦਾ? ਦੀਵਾਲੀ ਵਾਲੀ ਰਾਤ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਬੰਦ ਰੱਖੋ ਅਤੇ ਅੰਦਰ ਹੀ ਰਹੋ। ਜਿਹੜੇ ਲੋਕ ਅਸਥਮਾ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਿਤ ਨੇ ਉਹ ਆਪਣੀ ਦਵਾਈ ਆਪਣੇ ਕੋਲ ਰੱਖੋ ਤਾਂ ਕਿ ਭਿਆਨਕ ਹਾਲਾਤਾਂ ਵਿੱਚ ਕਾਬੂ ਪਾਇਆ ਜਾ ਸਕੇ। ਜੇਕਰ ਸਾਹ ਲੈਣ ਵਿੱਚ ਔਖ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਹ ਦੀਵਾਲੀ ਅਸੀਂ ਰੌਸ਼ਨੀਆਂ ਦੇ ਰੰਗਾਂ ਨਾਲ ਮਨਾਈਏ। ਇਸ ਨਾਲ ਅਸੀਂ ਆਪਣਾ ਵੀ ਭਲਾ ਕਰਾਂਗੇ ਅਤੇ ਉਹਨਾਂ ਹੋਰ ਪ੍ਰਜਾਤੀਆਂ ਦਾ ਵੀ, ਜੋ ਕਿ ਪ੍ਰਦੂਸ਼ਣ ਕਾਰਨ ਖਤਮ ਹੁੰਦੀਆਂ ਜਾ ਰਹੀਆਂ ਨੇ। ਪੰਜਾਬੀ ਆਰਟ TV ਦੀ ਟੀਮ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਸਾਡਾ ਇਹ ਸੰਦੇਸ਼ ਘਰ ਘਰ ਪਹੁੰਚਾਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।